ਅੰਮ੍ਰਿਤਸਰ ਦੇ ਕੋਲਡ ਸਟੋਰ ਦੇ ਵਿੱਚ 35 ਤੋਂ 40 ਮੁਲਜ਼ਮਾਂ ਦੇ ਵੱਲੋਂ ਡਾਕਾ ਮਾਰਿਆ ਗਿਆ। ਪਿੰਡ ਇੱਬਣ ਕਲਾਂ ਦੇ ਕੋਲਡ ਸਟੋਰ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਕੋਲਡ ਸਟੋਰ ਦੇ ਵਿੱਚੋਂ 2 ਕਰੋੜ ਦੇ ਕਰੀਬ ਮਾਲ, ਜਿਸ ਦੇ ਵਿੱਚ ਕਾਜੂ, ਛੋਟੀ ਇਲਾਇਚੀ, ਅੰਜੀਰ ਅਤੇ ਸੌਗੀ ਤੋਂ ਇਲਾਵਾ ਕਾਲੇ ਛੋਲੇ ਵਰਗੀਆਂ ਮਹਿੰਗੀਆਂ ਚੀਜ਼ਾਂ ਸ਼ਾਮਲ ਨੇ, ਉਹ ਚੋਰੀ ਕਰਕੇ ਫਰਾਰ ਹੋਏ ਨੇ। ਲੁਟੇਰੇ ਇੱਕ ਟਰੱਕ, ਮਹਿੰਦਰਾ ਗੱਡੀ ਅਤੇ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਆਏ। CCTV ਕੈਮਰਿਆਂ ਨੂੰ ਵੀ ਮੁਲਜ਼ਮ ਜਿਹੜੇ ਨੇ ਉਹ ਪੁੱਟ ਕੇ ਨਾਲ ਲੈ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ ਦੁਆਲੇ ਲੱਗੇ CCTV ਕੈਮਰੇ ਪੁਲਿਸ ਵੱਲੋਂ ਖੰਗਾਲੇ ਜਾ ਰਹੇ। ਅਤੇ ਸਾਡੇ ਸਹਿਯੋਗੀ ਮਨਜਿੰਦਰ ਲਗਾਤਾਰ ਫੋਨ ਲਾਈਨ 'ਤੇ ਬਣੇ ਹੋਏ ਨੇ। ਮਨਜਿੰਦਰ, ਤਾਂ ਇੱਕ ਵੱਡੀ ਜਿਹੜੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ, ਕੀ ਕੁਝ ਹੋਰ ਵਧੇਰੇ ਜਾਣਕਾਰੀ ਹੈ? ਬਿਲਕੁਲ ਕੁਲਵਿੰਦਰ, ਦੱਸਣ ਜਾਊਗਾ ਕਿ ਅੰਮ੍ਰਿਤਸਰ ਦੇ ਇੱਬਣ ਪਿੰਡ ਦੇ ਵਿੱਚ ਜਿਹੜਾ ਸਟੋਰ ਹੈਗਾ, ਜਿੱਥੇ ਕਿ ਕਾਜੂ, ਬਦਾਮ, ਲਾਚੀਆਂ ਰੱਖੀਆਂ ਜਾਂਦੀਆਂ ਨੇ, ਕੋਲਡ ਸਟੋਰ ਹੈਗਾ, ਜਿਹਦੇ ਵਿੱਚ ਕਿ ਰਾਤ ਦੇ ਟਾਈਮ 40 ਤੋਂ 45 ਬੰਦੇ ਆਉਂਦੇ ਨੇ, ਜਿਹਨਾਂ ਦੇ ਵੱਲੋਂ ਲੁੱਟ ਦੀ ਜਿਹੜੀ ਵਾਰਦਾਤ ਜਿਹੜੀ ਕੀਤੀ ਜਾ ਰਹੀ ਆ, ਤੇ 2 ਕਰੋੜ ਤੋਂ ਉੱਪਰ ਜਿਹੜੇ ਕਿ ਇੱਥੋਂ ਦੇ ਮਾਲਕ ਹੈਗੇ ਨੇ ਉਹ ਦੱਸੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਜਿਹੜੀ ਲੁੱਟ ਕੀਤੀ ਹੋਈ ਆ, ਤੇ ਜਿਹੜੇ 6 ਤੋਂ 7 ਜਿਹੜੇ ਬੰਦੇ ਸਟੋਰ ਦੇ ਵਿੱਚ ਕੰਮ ਕਰਦੇ, ਜਿਹੜੇ ਰਾਤ ਦੇ ਟਾਈਮ ਦੇ, ਉਹਨਾਂ ਨੂੰ ਬੰਦੀਏ ਬਣਾਇਆ ਜਾਂਦਾ, ਤੇ ਟਰੱਕ ਦੇ ਅਤੇ ਇੱਕ ਮਹਿੰਦਰਾ ਗੱਡੀ ਜਿਹੜੀ ਉਹਨਾਂ ਦੇ ਵੱਲੋਂ ਲਿਆ ਕੇ ਉਹ ਜਿਹੜਾ ਕਿ ਉਦੋਂ ਸਮਾਨ ਚੁੱਕ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਲੱਗੇ। CCTV ਕੈਮਰੇ 'ਚ ਤਸਵੀਰਾਂ ਤੇ ਸਾਰੀਆਂ ਕੈਦ ਹੋਈਆਂ ਸਨ, ਪਰ ਉਹ ਜਿਹੜਾ DVR ਉਹ ਵੀ ਆਪਣੇ ਨਾਲ ਲੈ ਕੇ ਰਹੇ CCTV ਕੈਮਰੇ ਤੋੜ ਕੇ ਨੇ, ਤੇ 1.5 ਲੱਖ ਰੁਪਇਆ ਜਿਹੜਾ ਲੇਬਰ ਨੇ ਆਪਣਾ, ਜਿਹੜਾ ਕਿ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇੱਥੇ ਕਿ ਲੇਬਰ ਕਰਦੇ ਨੇ ਸਟੋਰ ਦੇ ਵਿੱਚ, ਉਹਨਾਂ ਦਾ ਵੀ ਲੈ ਗਏ। ਕਹਿ ਸਕਦੇ ਕਿ ਹਥਿਆਰਾਂ ਦੀ ਨੋਕ ਦੇ ਉੱਪਰ ਲੁੱਟ ਕੀਤੀ ਜਾ ਰਹੀ ਹੈ, ਤੇ ਹੁਣ ਮਾਲਕ ਮਕਾਨ ਜਿਹੜੀ ਕਿ ਪ੍ਰਸ਼ਾਸਨ ਕੋਲ ਤੇ ਸਰਕਾਰ ਕੋਲ ਮੰਗ ਰੱਖੀ ਗਈ ਆ ਕਿ ਇਨਸਾਫ਼ ਦਿੱਤਾ ਜਾਵੇ। ਪਰ ਕਹਿ ਸਕਦੇ ਕਿ ਲੁੱਟਾਂ ਖੋਹਾਂ ਸ਼ਰੇਆਮ ਹੋ ਰਹੀਆਂ ਨੇ, ਕਿਸੇ ਨੂੰ ਵੀ ਕੋਈ CCTV ਜਾਂ ਪੁਲਿਸ ਦਾ ਡਰ ਨਹੀਂ ਹੈਗਾ, ਲੁਟੇਰੇ ਦਿਨ ਦਿਹਾੜੇ ਚੋਰੀਆਂ ਕਰਦੇ ਨਜ਼ਰ ਆ ਰਹੇ ਨੇ। ਪਰ ਇਹ ਬੀਤੀ ਰਾਤ 1:30 ਵਜੇ ਦਾ ਮਾਮਲਾ ਦੱਸਿਆ ਜਾ ਰਿਹਾ, ਤੇ 4 ਵਜੇ ਤੱਕ ਉਹਨਾਂ ਦੇ ਵੱਲੋਂ ਇਹ ਸੰਨ ਲਗਾਈ ਜਾਂਦੀ ਹੈ ਇਸ ਸਟੋਰ ਨੂੰ, ਤੇ ਜਿਹਦੇ ਵਿੱਚ 2 ਕਰੋੜ ਦਾ ਜਿਹੜਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਜੀ ਕੁਲਵਿੰਦਰ, ਠੀਕ ਹੈ, ਸ਼ੁਕਰੀਆ ਮਨਜਿੰਦਰ ਜਾਣਕਾਰੀ ਦੇ ਲਈ। ਤਕਰੀਬ 2 ਕਰੋੜ ਦੀ ਲੁੱਟ, ਤੁਸੀਂ ਕਹਿ ਸਕਦੇ ਹੋ ਕਿ ਮਹਿੰਗਾ ਸਮਾਨ ਸੀ ਜੋ ਕਿ ਇਸ ਕੋਲਡ ਸਟੋਰ ਦੇ ਵਿੱਚ ਰੱਖਿਆ ਹੋਇਆ ਸੀ, ਤੇ ਮੁਲਜ਼ਮ ਟਰੱਕ ਅਤੇ ਪਿਕਅਪ ਗੱਡੀ ਦੇ ਵਿੱਚ ਆਉਂਦੇ ਨੇ, ਬਾਈਕ 'ਚ ਸਵਾਰ ਹੋ ਕੇ ਆਉਂਦੇ ਨੇ, ਤੇ ਸਟੋਰ ਦੇ ਵਿੱਚ ਮੌਜੂਦ ਜਿਹੜੇ ਲੋਕ ਸਨ ਉਹਨਾਂ ਨੂੰ ਬੰਧਕ ਬਣਾ ਲਿਆ ਜਾਂਦਾ ਹੈ। ਹਥਿਆਰਾਂ ਦੇ ਦਾਮ ਦੇ ਉੱਤੇ ਇਹ ਸਮਾਨ ਮੁਲਜ਼ਮ ਉੱਥੋਂ ਲੁੱਟਦੇ ਨੇ, ਟਰੱਕ ਅਤੇ ਪਿਕਅਪ ਗੱਡੀ 'ਚ ਭਰਦੇ ਨੇ, ਤੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। 35 ਤੋਂ 40 ਦੇ ਕਰੀਬ ਇਹਨਾਂ ਲੋਕਾਂ ਦੀ ਗਿਣਤੀ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਦੇ ਕੋਲਡ ਸਟੋਰ ਦੇ ਵਿੱਚ 35 ਤੋਂ 40 ਮੁਲਜ਼ਮਾਂ ਦੇ ਵੱਲੋਂ ਡਾਕਾ ਮਾਰਿਆ ਗਿਆ। ਪਿੰਡ ਇੱਬਣ ਕਲਾਂ ਦੇ ਕੋਲਡ ਸਟੋਰ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਕੋਲਡ ਸਟੋਰ ਦੇ ਵਿੱਚੋਂ 2 ਕਰੋੜ ਦੇ ਕਰੀਬ ਮਾਲ, ਜਿਸ ਦੇ ਵਿੱਚ ਕਾਜੂ, ਛੋਟੀ ਇਲਾਇਚੀ, ਅੰਜੀਰ ਅਤੇ ਸੌਗੀ ਤੋਂ ਇਲਾਵਾ ਕਾਲੇ ਛੋਲੇ ਵਰਗੀਆਂ ਮਹਿੰਗੀਆਂ ਚੀਜ਼ਾਂ ਸ਼ਾਮਲ ਨੇ, ਉਹ ਚੋਰੀ ਕਰਕੇ ਫਰਾਰ ਹੋਏ ਨੇ। ਲੁਟੇਰੇ ਇੱਕ ਟਰੱਕ, ਮਹਿੰਦਰਾ ਗੱਡੀ ਅਤੇ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਆਏ। CCTV ਕੈਮਰਿਆਂ ਨੂੰ ਵੀ ਮੁਲਜ਼ਮ ਜਿਹੜੇ ਨੇ ਉਹ ਪੁੱਟ ਕੇ ਨਾਲ ਲੈ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ ਦੁਆਲੇ ਲੱਗੇ CCTV ਕੈਮਰੇ ਪੁਲਿਸ ਵੱਲੋਂ ਖੰਗਾਲੇ ਜਾ ਰਹੇ। ਅਤੇ ਸਾਡੇ ਸਹਿਯੋਗੀ ਮਨਜਿੰਦਰ ਲਗਾਤਾਰ ਫੋਨ ਲਾਈਨ 'ਤੇ ਬਣੇ ਹੋਏ ਨੇ। ਮਨਜਿੰਦਰ, ਤਾਂ ਇੱਕ ਵੱਡੀ ਜਿਹੜੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ, ਕੀ ਕੁਝ ਹੋਰ ਵਧੇਰੇ ਜਾਣਕਾਰੀ ਹੈ? ਬਿਲਕੁਲ ਕੁਲਵਿੰਦਰ, ਦੱਸਣ ਜਾਊਗਾ ਕਿ ਅੰਮ੍ਰਿਤਸਰ ਦੇ ਇੱਬਣ ਪਿੰਡ ਦੇ ਵਿੱਚ ਜਿਹੜਾ ਸਟੋਰ ਹੈਗਾ, ਜਿੱਥੇ ਕਿ ਕਾਜੂ, ਬਦਾਮ, ਲਾਚੀਆਂ ਰੱਖੀਆਂ ਜਾਂਦੀਆਂ ਨੇ, ਕੋਲਡ ਸਟੋਰ ਹੈਗਾ, ਜਿਹਦੇ ਵਿੱਚ ਕਿ ਰਾਤ ਦੇ ਟਾਈਮ 40 ਤੋਂ 45 ਬੰਦੇ ਆਉਂਦੇ ਨੇ, ਜਿਹਨਾਂ ਦੇ ਵੱਲੋਂ ਲੁੱਟ ਦੀ ਜਿਹੜੀ ਵਾਰਦਾਤ ਜਿਹੜੀ ਕੀਤੀ ਜਾ ਰਹੀ ਆ, ਤੇ 2 ਕਰੋੜ ਤੋਂ ਉੱਪਰ ਜਿਹੜੇ ਕਿ ਇੱਥੋਂ ਦੇ ਮਾਲਕ ਹੈਗੇ ਨੇ ਉਹ ਦੱਸੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਜਿਹੜੀ ਲੁੱਟ ਕੀਤੀ ਹੋਈ ਆ, ਤੇ ਜਿਹੜੇ 6 ਤੋਂ 7 ਜਿਹੜੇ ਬੰਦੇ ਸਟੋਰ ਦੇ ਵਿੱਚ ਕੰਮ ਕਰਦੇ, ਜਿਹੜੇ ਰਾਤ ਦੇ ਟਾਈਮ ਦੇ, ਉਹਨਾਂ ਨੂੰ ਬੰਦੀਏ ਬਣਾਇਆ ਜਾਂਦਾ, ਤੇ ਟਰੱਕ ਦੇ ਅਤੇ ਇੱਕ ਮਹਿੰਦਰਾ ਗੱਡੀ ਜਿਹੜੀ ਉਹਨਾਂ ਦੇ ਵੱਲੋਂ ਲਿਆ ਕੇ ਉਹ ਜਿਹੜਾ ਕਿ ਉਦੋਂ ਸਮਾਨ ਚੁੱਕ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਲੱਗੇ। CCTV ਕੈਮਰੇ 'ਚ ਤਸਵੀਰਾਂ ਤੇ ਸਾਰੀਆਂ ਕੈਦ ਹੋਈਆਂ ਸਨ, ਪਰ ਉਹ ਜਿਹੜਾ DVR ਉਹ ਵੀ ਆਪਣੇ ਨਾਲ ਲੈ ਕੇ ਰਹੇ CCTV
ਕੈਮਰੇ ਤੋੜ ਕੇ ਨੇ ਤੇ 1.5 ਲੱਖ ਰੁਪਇਆ ਜਿਹੜਾ ਲੇਬਰ ਨੇ ਆਪਣਾ ਜਿਹੜੇ ਕਿ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇੱਥੇ ਲੇਬਰ ਕਰਦੇ ਨੇ ਸਟੋਰ ਦੇ ਵਿੱਚ ਉਹਨਾਂ ਦਾ ਵੀ ਲੈ ਗਏ। ਕਹਿ ਸਕਦੇ ਕਿ ਹਥਿਆਰਾਂ ਦੀ ਨੋਕ ਉੱਪਰੇ ਲੁੱਟ ਕੀਤੀ ਜਾ ਰਹੀ ਹੈ ਤੇ ਹੁਣ ਮਾਲਕ ਮਕਾਨ ਜਿਹੜੀ ਕਿ ਪ੍ਰਸ਼ਾਸਨ ਕੋਲ ਤੇ ਸਰਕਾਰ ਕੋਲ ਮੰਗ ਰੱਖੀ ਗਈ ਆ ਕਿ ਇਨਸਾਫ ਦਿੱਤਾ ਜਾਵੇ। ਪਰ ਕਹਿ ਸਕਦੇ ਕਿ ਲੁੱਟਾਂ ਖੋਹਾਂ ਸ਼ਰੇਆਮ ਹੋ ਰਹੀਆਂ ਨੇ, ਕਿਸੇ ਨੂੰ ਵੀ ਕੋਈ ਸੀਸੀਟੀਵੀ ਜਾਂ ਪੁਲਿਸ ਦਾ ਡਰ ਨਹੀਂ ਹੈਗਾ, ਲੁਟੇਰੇ ਦਿਨ ਦਿਹਾੜੇ ਚੋਰੀਆਂ ਕਰਦੇ ਨਜ਼ਰ ਆ ਰਹੇ ਨੇ। ਪਰ ਇਹ ਬੀਤੀ ਰਾਤ 1:30 ਵਜੇ ਦਾ ਮਾਮਲਾ ਦੱਸਿਆ ਜਾ ਰਿਹਾ ਤੇ 4 ਵਜੇ ਤੱਕ ਉਹਨਾਂ ਦੇ ਵੱਲੋਂ ਇਹ ਸਾਨੇ ਲਗਾਈ ਜਾਂਦੀ ਹੈ ਇਸ ਸਟੋਰ ਨੂੰ, ਤੇ ਜਿਹਦੇ ਵਿੱਚ 2 ਕਰੋੜ ਦਾ ਜਿਹੜਾ ਸਮਾਨ ਲੈ ਕੇ ਰਫੂ ਚੱਕ ਹੋ ਜਾਂਦੇ ਨੇ। ਜੀ ਕੁਲਵਿੰਦਰ, ਠੀਕ ਹੈ, ਸ਼ੁਕਰੀਆ ਮਹਿੰਦਰ ਜਾਣਕਾਰੀ ਦੇ ਲਈ। ਤਕਰੀਬ 2 ਕਰੋੜ ਦੀ ਲੁੱਟ, ਤੁਸੀਂ ਕਹਿ ਸਕਦੇ ਹੋ ਕਿ ਮਹਿੰਗਾ ਸਮਾਨ ਸੀ ਜੋ ਕਿ ਇਸ ਕੋਲਡ ਸਟੋਰ ਦੇ ਵਿੱਚ ਰੱਖਿਆ ਹੋਇਆ ਸੀ, ਤੇ ਮੁਲਜ਼ਮ ਟਰੱਕ ਅਤੇ ਪਿਕਅਪ ਗੱਡੀ ਦੇ ਵਿੱਚ ਆਉਂਦੇ ਨੇ, ਬਾਈਕ 'ਚ ਸਵਾਰ ਹੋ ਕੇ ਆਉਂਦੇ ਨੇ ਅਤੇ ਸਟੋਰ ਦੇ ਵਿੱਚ ਮੌਜੂਦ ਜਿਹੜੇ ਲੋਕ ਸਨ ਉਹਨਾਂ ਨੂੰ ਬੰਧਕ ਬਣਾ ਲਿਆ ਜਾਂਦਾ ਹੈ। ਹਥਿਆਰਾਂ ਦੇ ਦਾਮ ਦੇ ਉੱਤੇ ਇਹ ਸਮਾਨ ਮੁਲਜ਼ਮ ਉੱਥੋਂ ਲੁੱਟਦੇ ਨੇ, ਟਰੱਕ ਅਤੇ ਪਿਕਅਪ ਗੱਡੀ 'ਚ ਭਰਦੇ ਨੇ ਅਤੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। 35 ਤੋਂ 40 ਦੇ ਕਰੀਬ ਇਹਨਾਂ ਲੋਕਾਂ ਦੀ ਗਿਣਤੀ ਦੱਸੀ ਜਾ ਰਹੀ ਹੈ।